ਜੀ ਅੱਜ ਜਿਹੜੀ ਫਿਲਮ ਇੰਡਸਟਰੀ ਹੈ ਉਹਨੂੰ ਅੱਜ ਕਿੱਥੇ ਖੜਾ ਦੇਖ ਰਹੇ ਹੋ? ਇਸ ਚਕਾਚੌਂਦ ਦੇ ਵਿੱਚ ਪਾਗਲ ਨਾ ਹੋਵੋ, ਇੱਥੇ ਬਹੁਤ ਗੰਦ ਹੈ। ਹੁਣ ਕੰਗਨਾ ਰਣੌਤ ਨੇ ਤਾਂ ਕਿਹਾ ਇਹਦੇ ਬਾਰੇ ਕਿ ਅਗਰ ਮੈਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਮੈਂ ਨਵੇਂ ਨਵੇਂ ਭੇਦ ਖੋਲਾਂਗੀ। ਇਹਦੇ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਹੈ। ਜਿਹੜੇ ਨਵੇਂ ਲੋਕ ਆਉਂਦੇ ਆ ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਉਹਨਾਂ ਨੂੰ ਨਸ਼ੇ ਦਾ ਅਡਿਕਟਡ ਬਣਾਇਆ ਜਾਂਦਾ। ਪ੍ਰੋਗਰਾਮ ਪੱਖ ਦੇ ਮਸਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਫਿਰ ਵਿਚਾਰ ਕਰਨ ਜਾ ਰਹੇ ਹਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਮਰਡਰ ਮਿਸਟਰੀ ਸੰਬੰਧੀ। ਪਹਿਲਾਂ ਕੁਲਵਾਂਜੀ ਨੂੰ ਤਾਂ ਸਵਾਗਤ ਕਰ ਲਿਆ। ਕੁਲਵਾਂਜੀ ਬਹੁਤ ਬਹੁਤ ਸਵਾਗਤ ਹੈ। ਕੁਲਵਾਂਜੀ, ਜਿਹੜਾ ਸੁਸ਼ਾਂਤ ਸਿੰਘ ਰਾਜਪੂਤ ਦੀ ਮਰਡਰ ਮਿਸਟਰੀ ਦਾ ਮਾਮਲਾ ਚੱਲ ਰਿਹਾ, ਉਸ 'ਚ ਰੀਆ ਦਾ ਅੱਜ ਬਿਆਨ ਆਇਆ ਵੀ ਮੇਰੇ ਨਾਲ ਉਹਦੇ ਸੀਗੇ ਸੰਬੰਧ ਸੀਗੇ, ਪਰ ਮੈਂ ਪੈਸਾ ਆਪਣੀ ਆਪ ਕਮਾਈ ਦਾ ਖਾਂਦੀ ਸੀਗੀ। ਦੇਖੋ ਸਾਹਿਬ ਸਿੰਘ ਜੀ, ਇਹਦੀਆਂ ਪਰਤਾਂ ਨਵੀਆਂ ਨਵੀਆਂ ਖੁੱਲ ਰਹੀਆਂ ਨੇ। ਅੱਜ ਇੱਕ ਰਾਸ਼ਟਰੀ ਚੈਨਲ ਦੇ ਉੱਤੇ ਉਹਨੇ ਇੱਕ ਇੰਟਰਵਿਊ ਦਿੱਤੀ ਹੈ, ਜਿਹਦੀ ਇੰਟਰਵਿਊ ਅਜੇ ਚੱਲਣੀ ਆ, ਲੇਕਿਨ ਉਹਦੀਆਂ ਹਾਈਲਾਈਟਸ ਸੀਗੀਆਂ ਜਿਹਦੇ ਵਿੱਚ ਉਹ ਕਹਿ ਰਹੀ ਹੈ ਕਿ ਮੈਂ ਉਹਦਾ ਪੈਸਾ ਨਹੀਂ ਖਾ ਰਹੀ ਸੀ। ਉਹਨੇ ਹੋਰ ਵੀ ਕਈ ਗੱਲਾਂ ਕੀਤੀਆਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਣ ਵਾਸਤੇ, ਪਰ ਜਿਹੜੀ ਉਹਦੇ 'ਤੇ ਉਂਗਲ ਚੱਕੀ ਜਾ ਰਹੀ ਆ, ਜਿਹੜਾ CBI ਨੂੰ ਸ਼ੱਕ ਹੈ, ਉਹ ਇੰਨੀ ਜਲਦੀ ਕਲੀਅਰ ਹੋਣ ਵਾਲਾ ਨਹੀਂ, ਕਿਉਂਕਿ ਇਹਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਨੇ ਅਤੇ ਉਹ ਤਾਂ ਅਜੇ ਪਤਾ ਲੱਗੇਗਾ ਕਿ ਸੱਚ ਬੋਲ ਰਹੀ ਹੈ ਜਾਂ ਝੂਠ ਬੋਲ ਰਹੀ ਹੈ। ਕੁਲਵਾਂਜੀ, ਪਰ ਹੁਣ ਤੱਕ ਦੀ ਪੜਤਾਲ ਤੋਂ ਤਾਂ ਇਹ ਸਾਹਮਣੇ ਆਇਆ ਵੀ ਮਾਸਟਰ ਮਾਈਂਡ ਰੀਆ ਚੱਕਰਵਰਤੀ ਹੀ ਲੱਗ ਰਹੀ ਹੈ ਇਹਦੇ ਪਿੱਛੇ। ਨਹੀਂ, ਇਹ ਇੱਕ ਮੋਹਰਾ ਆ, ਇਹਦੇ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਹੈ। ਹੁਣ ਕੰਗਨਾ ਰਣੌਤ ਨੇ ਤਾਂ ਕਿਹਾ ਆ ਇਹਦੇ ਬਾਰੇ ਕਿ ਅਗਰ ਮੈਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਮੈਂ ਨਵੇਂ ਨਵੇਂ ਭੇਦ ਖੋਲਾਂਗੀ। ਮੈਂ ਦੱਸਾਂਗੀ ਕਿ ਜਿਹੜੇ ਬਾਲੀਵੁੱਡ ਦੇ ਵਿੱਚ ਵੱਡੇ ਵੱਡੇ ਲੋਕ ਬੈਠੇ ਨੇ ਉਹ ਕੀ ਕਰ ਰਹੇ ਨੇ। ਇਹਨੂੰ ਮਰਵਾਉਣ ਵਾਸਤੇ ਇਹਨੂੰ ਪਲਾਂਟ ਕੀਤਾ ਗਿਆ। ਪਹਿਲੀ ਵਾਰ ਦੇਖਿਆ CBI, ED ਅਤੇ ਨਾਰਕੋਟਿਕ ਕੰਟਰੋਲ ਬਿਊਰੋ, ਤਿੰਨ ਵੱਡੀਆਂ ਏਜੰਸੀਆਂ ਇਕੱਠੇ ਹੋ ਕੇ ਇਸ ਸੁਸ਼ਾਂਤ ਮਰਡਰ ਮਿਸਟਰੀ ਨੂੰ ਸੋਲਵ ਕਰਨ ਲੱਗੀਆਂ ਹੋਈਆਂ। ਦੇਖੋ ਜੀ, ਪਹਿਲਾਂ ਵੀ ਬਾਲੀਵੁੱਡ ਦੇ ਵਿੱਚ ਇਸ ਤਰ੍ਹਾਂ ਕਤਲ ਵੀ ਹੋਏ ਨੇ, ਖੁਦਕੁਸ਼ੀਆਂ ਵੀ ਹੋਈਆਂ ਨੇ, ਪਰ ਇਹ ਇੱਕ ਹਾਈ ਪ੍ਰੋਫਾਈਲ ਮਸਲਾ ਬਣ ਗਿਆ। ਜਿਹੜਾ ਸੁਸ਼ਾਂਤ ਰਾਜਪੂਤ ਦਾ ਜਿਹੜਾ ਜੀਜਾ ਹੈ ਉਹ ਹਰਿਆਣਾ ਪੁਲਿਸ ਦੇ ਵਿੱਚ ਕਮਿਸ਼ਨਰ ਹੈ, ਠੀਕ ਹੈ, ਅਤੇ ਜਿਹੜੀ ਸਰਕਾਰ ਹੈ, ਸਰਕਾਰ ਨੇ ਵੀ ਪੂਰਾ ਜ਼ੋਰ ਪਾਇਆ ਇਹਦੇ 'ਤੇ, ਕਿਉਂਕਿ ਹਾਈ ਪ੍ਰੋਫਾਈਲ ਮਸਲਾ ਬਣ ਗਿਆ। ਹਾਈ ਪ੍ਰੋਫਾਈਲ ਮਸਲਾ ਬਣਨ ਤੋਂ ਬਾਅਦ ਹੀ CBI, ED ਅਤੇ ਤਿੰਨਾਂ ਨੇ, ਇਹਦੇ ਪਿੱਛੇ ਕਾਰਨ ਵੀ ਹੈ, ਕਿਉਂਕਿ ਤਿੰਨੋਂ ਅਲੱਗ ਅਲੱਗ ਖੇਤਰ ਦੇ ਵਿੱਚ ਕੰਮ ਕਰ ਰਹੀਆਂ। CBI ਤਾਂ 14 ਜੂਨ ਨੂੰ ਜਿਹੜਾ ਕੁਛ ਹੋਇਆ ਵੀ ਕਤਲ ਹੋਇਆ ਜਾਂ ਖੁਦਕੁਸ਼ੀ, ਉਹਦੇ ਉੱਤੇ ਕੰਮ ਕਰ ਰਹੀ ਹੈ, ਕਿਹੜੇ ਕਿਹੜੇ ਬੰਦੇ ਉਹਦੇ 'ਚ ਇਨਵੋਲਵ ਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। CBI ਤਾਂ ਕ੍ਰਾਈਮ ਸੀਨ ਰੀਕ੍ਰੀਏਟ ਕਰਕੇ ਉਸ ਤੋਂ ਬਾਅਦ ਹੀ ਆਪਣੀ ਪੜਤਾਲ ਸ਼ੁਰੂ ਕੀਤੀ। ਉਹਨਾਂ ਨੇ ਅਲੱਗ ਅਲੱਗ ਬੰਦਿਆਂ ਤੋਂ ਪੁੱਛਗਿੱਛ ਵੀ ਸ਼ੁਰੂ ਕਰਤੀ, ਹਾਲਾਂਕਿ ਇਹਦੇ ਤੋਂ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਨਹੀਂ ਕੀਤੀ ਗਈ। ਔਰ ਤੁਹਾਨੂੰ ਵੀ ਦੱਸ ਦਿਆਂ ਕਿ ਰੀਆ ਚੱਕਰਵਰਤੀ ਨੇ ਕੁਝ ਆਪਣੇ ਲੋਕਾਂ ਦੇ ਨਾਲ ਚੈਟ ਕੀਤੀ ਹੈ, ਜਿਹੜੀ ਉਹ ਮਿਲੀ ਹੈ CBI ਨੂੰ। ਇੱਕ ਤਾਂ ਜਯਾ ਸਾਹਾ ਅਤੇ ਇੱਕ ਜਿਹੜਾ ਕੁੱਕ ਸੀਗਾ, ਨੌਕਰ ਸੀਗਾ ਸੈਮੁਅਲ, ਉਹਦੇ ਨਾਲ ਚੈਟ ਕੀਤੀ ਗਈ। ਜਿਹੜੀ ਚੈਟ ਦੇ ਵਿੱਚ ਕੀ ਆਇਆ, ਕੀ ਹੈ ਦੇਖਣ ਨੂੰ, ਕੀ ਖੁਲਾਸਾ ਹੋਇਆ ਵੀ ਕੀ? ਇੱਕ ਤਾਂ ਨਸ਼ੇ ਬਾਰੇ ਕੀਤੀ ਗਈ ਹੈ ਕਿ ਉਹਨੂੰ ਕਿਹੜਾ ਕਿਹੜਾ ਨਸ਼ਾ ਦਿੱਤਾ ਗਿਆ। ਇੱਕ ਬੜੀ ਅਹਿਮ ਚੀਜ਼ ਜਿਹੜੀ ਉਹਦੇ 'ਚ ਆ ਰਹੀ ਹੈ ਕਿ 4 ਬੂੰਦਾਂ ਪਾ ਕੇ ਦੇ ਦਿਓ, ਫਿਰ ਵੇਖੋ ਉਹਦਾ ਅਸਰ ਕੀ ਹੁੰਦਾ। ਤਾਂ ਫਿਰ ਅਲੱਗ ਅਲੱਗ 4 ਨਸ਼ਿਆਂ ਦੀ ਵੀ ਗੱਲ ਕੀਤੀ ਗਈ, ਜਿਹੜੇ ਜਿਹੜੇ ਨਸ਼ੇ। ਇੱਕ ਤਾਂ ਗੋਲੀ 1,000 ਰੁਪਏ ਦੀ ਆਉਂਦੀ, ਜਿਹੜੀ 1 ਵਾਰ ਦਿੱਤੀ ਜਾਂਦੀ ਸੀ, ਤਾਂ ਉਹ ਵੀ ਉਹਨੂੰ ਦਿੱਤੀ ਜਾਂਦੀ ਰਹੀ। ਹੁਣ ਇੱਥੇ ਇਹ ਚੀਜ਼ ਹਲੇ ਮਿਸਟਰੀ ਬਣੀ ਹੋਈ ਆ, ਇਹ ਇੱਕ ਰਹੱਸ ਬਣਿਆ ਹੋਇਆ ਕਿ ਉਹ ਨਸ਼ਾ ਖਾਂਦਾ ਸੀ ਜਾਂ ਨਸ਼ਾ ਦਿੱਤਾ ਜਾਂਦਾ ਸੀ। ਕੁਲਵਾਂਜੀ, ਸੁਸ਼ਾਂਤ ਇੱਕ ਸੁਲਝਾ ਹੋਇਆ ਆਰਟਿਸਟ ਸੀਗਾ, ਕਲਾਕਾਰ ਸੀਗਾ, ਉਹਦੀ ਫਿਜ਼ੀਕ ਵੀ ਬਹੁਤ ਚੰਗੀ ਸੀਗੀ, ਪਰ ਉਹਨੂੰ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਨਹੀਂ ਲਗਾਇਆ ਜਾ ਸਕਦਾ ਵੀ ਉਹ ਡਰੱਗ ਐਡਿਕਟਿਡ ਸੀਗਾ? ਨਹੀਂ, ਉਹ ਤੁਹਾਨੂੰ ਉਹੀ ਮੈਂ ਗੱਲ ਕਰ ਰਿਹਾ, ਜਿਹੜੀ ਉਂਗਲ ਚੱਕ ਰਹੇ ਨੇ ਲੋਕ, ਜਿਵੇਂ 3-4 ਲੋਕ ਅੱਗੇ ਆਏ ਨੇ ਇਹਦੇ ਵਿੱਚ, ਕੰਗਨਾ ਰਣੌਤ ਹੈ, ਅਤੇ ਰਵੀ ਕਿਸ਼ਨ ਨੇ ਵੀ ਗੱਲਬਾਤ ਕੀਤੀ ਇਹਦੇ ਬਾਰੇ, ਸ਼ੇਖਰ ਸੁਮਨ ਨੇ, ਇਹਨਾਂ ਨੇ, ਇਹ ਲੋਕ ਅੱਗੇ ਆਏ ਨੇ ਇਸ ਚੀਜ਼ ਨੂੰ ਲੈ ਕੇ, ਅਤੇ ਉਹਨਾਂ ਵੱਲੋਂ ਜਿਹੜੀ ਇਹ ਉਂਗਲ ਚੱਕੀ ਜਾ ਰਹੀ ਆ। ਚੌਥੀ ਲੜਕੀ ਜਿਹੜੀ ਅੰਕਿਤਾ ਲੋਖੰਡੇ, ਜਿਹਨੇ ਪਵਿੱਤਰ ਰਿਸ਼ਤਾ ਦੇ ਵਿੱਚ ਰਾਜਪੂਤ ਦੇ ਨਾਲ ਕੰਮ ਕੀਤਾ ਸੀ, ਸੁਸ਼ਾਂਤ ਰਾਜਪੂਤ ਦੇ ਨਾਲ, ਉਹ ਇਹ ਸਾਰੇ ਲੋਕ ਇਹ ਕਹਿ ਰਹੇ ਆ ਕਿ ਇਹ ਸਾਰਾ ਕੁਛ ਜਿਹੜਾ ਆ ਕਰਵਾਇਆ ਗਿਆ, ਨਸ਼ੇ ਦਾ ਅਡਿਕਟਡ ਬਣਾਇਆ ਗਿਆ ਉਹਨੂੰ, ਨਸ਼ਾ ਦਿੱਤਾ ਗਿਆ ਉਹਨੂੰ। ਸਭ ਸਿੰਘ ਜੀ, ਇੱਥੇ ਨਾ ਇਹ ਬੜੇ ਰਹੱਸ ਨੇ,
जिन्हां बारे कंगना रनौत बोल रही है, रवि किशन ते शेखर सुमन ने भी गल की है। कंगना रनौत ने एक गल दसी है कि जदों मैं एंट्री की सी बॉलीवुड दे विच ते मैनू मेरे ड्रिंक दे विच नशा मिला के दे दिता जांदा सी, लेकिन मैं हौले हौले इस चीज़ का विरोध करना शुरू किया, मैं इन्हां लोकां नाल लड़ना शुरू किया। वो तो कहती है कि इत्थे लोकां नूं जिहड़े नवे लोग आउंदे आ उन्हां दे नाल इस तरह ही उन्हां नूं नशे का अडिक्टड बनाया जाता, उन्हां नूं नशा दिता जाता। वो सेहतमंद नौजवान सी और बड़ा सियाणा सी, पढ़िया लिखिया सी, वो नशा करन वाला नहीं सी। उहनूं तां नशा देण वास्ते ਇਹ ਕਿਹਾ ਜਾ ਰਿਹਾ ਕਿ ਰੀਆ ਚੱਕਰਵਰਤੀ ਨੂੰ ਉਹਦੇ ਪਿੱਛੇ ਲਾਇਆ ਗਿਆ ਸੀ। ਨਹੀਂ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਆਪ ਨਸ਼ਾ ਦਾ ਚਾਹਵਾਨ ਨਹੀਂ ਸੀਗਾ, ਵੀ ਇਹਨੂੰ ਮੋਰਾ ਨਸ਼ਾ ਕਰਦਾ ਨਹੀਂ ਸੀ, ਆਦੀ ਨਹੀਂ ਸੀ, ਆਦੀ ਨਹੀਂ ਸੀਗਾ ਵੀ ਰੀਆ ਚੱਕਰਵਰਤੀ ਨੂੰ ਮੋਰਾ ਬਣਾ ਕੇ ਇਹਨੂੰ ਅਡਿਕਟਿਡ ਬਣਾਇਆ ਗਿਆ। ਹਾਂ, ਇਹਦੇ ਪਿੱਛੇ ਮਾਸਟਰ ਮਾਈਂਡ ਹੈ, ਉਹ ਤਾਂ ਅਜੇ ਜਾਂਚ ਤੋਂ ਬਾਅਦ ਪਤਾ ਲੱਗੇਗਾ, ਉਹ ਫੜੇ ਜਾਣੇ ਆ ਸਾਰੇ ਜਿਹੜੇ ਲੋਕ ਇਹ ਕਰਵਾ ਰਹੇ ਸੀ, ਕਿਉਂਕਿ ਉਹਨਾਂ ਦੀ ਪਹੁੰਚ ਬੜੀ ਉੱਪਰ ਤੱਕ ਹੈ। ਉਹਨਾਂ ਨੇ ਅਜੇ ਤੱਕ ਆਪਣੇ ਆਪ ਨੂੰ ਛੁਪਾਇਆ ਤੇ ਮੁੰਬਈ ਪੁਲਿਸ ਦੇ ਉੱਤੇ ਉਹਨਾਂ ਨੇ ਦਬਾਅ ਬਣਾ ਲਿਆ ਸੀ, ਕਿਉਂਕਿ ਜਿਹੜੀਆਂ ਪੋਸਟਮਾਰਟਮ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੀ ਅਣਗਹਿਲੀ ਜਿਹੜੀ ਆ ਉਹ ਸਾਹਮਣੇ ਆਈ ਆ, ਤੇ ਇਹ ਚੀਜ਼ਾਂ ਜਿਹੜੇ ਮਾਸਟਰ ਮਾਈਂਡ ਉਹ ਸਾਹਮਣੇ ਆਉਣਗੇ। ਕੁਲਵੰਜੀ ਹਜ਼ਰੀਆ ਚੱਕਰਵਰਤੀ ਨੇ ਇੱਕ ਹੋਰ ਵੀ ਖੁਲਾਸਾ ਕੀਤਾ, ਉਹਨੇ ਕਿਹਾ ਵੀ ਮੈਂ ਜਿਸ ਦੇ ਨਾਲ ਪੈਰਿਸ ਟੂਰ ਤੇ ਗਈ ਸੀਗੀ, ਤਦ ਉੱਥੇ ਜਾਣ ਤੋਂ ਪਹਿਲਾਂ ਜਹਾਜ਼ ਦੇ ਨਾਲ ਬੈਠੀ ਸੀ ਤਾਂ ਇਹਨੇ ਇੱਕ ਗੋਲੀ ਲਿੱਤੀ ਸੀ, ਤਾਂ ਇਹਨੇ ਦੱਸਿਆ ਸੀਗਾ ਕਲੈਸਟ੍ਰੋਫੋਬੀਆ ਨਾਂ ਦੀ ਬਿਮਾਰੀ ਦਾ ਸ਼ਿਕਾਰ ਸੀਗਾ। ਬਿਲਕੁਲ, ਉਹ ਕਹਿ ਰਹੀ ਆ, ਹੁਣ ਅਸਲ ਗੱਲ ਕੀ ਆ ਇਹ ਨਹੀਂ ਪਤਾ। ਉਹ ਕਹਿੰਦੀ ਕਿ 2013 ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਉਹਨੂੰ ਦੱਸਦਾ ਸੀ, ਉਹਦੇ ਕਹਿਣ ਮੁਤਾਬਕ ਕਿ 2013 ਦੇ ਵਿੱਚ ਉਹਨੂੰ ਇਹ ਬਿਮਾਰੀ ਲੱਗੀ ਸੀ ਅਤੇ ਉਹ ਇੱਕ ਸਾਈਕੈਟ੍ਰਿਸਟ ਤੋਂ ਇਲਾਜ ਕਰਵਾਉਂਦਾ ਸੀ, ਜਿਹੜੇ ਸਾਈਕੈਟ੍ਰਿਸਟ ਨੇ ਉਹਨੂੰ ਗੋਲੀ ਰੈਕਮੈਂਡ ਕੀਤੀ ਸੀ ਉਹ ਗੋਲੀ ਲੈਂਦਾ ਸੀ। ਪਰ ਜਿਹੜੀ ਫਿਰ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ, ਅੰਕਿਤਾ ਲੋਖੰਡੇ ਕਹਿੰਦੀ ਹੈ ਕਿ ਉਹਨੂੰ ਕੋਈ ਬਿਮਾਰੀ ਨਹੀਂ ਸੀ, ਉਹ ਤੰਦਰੁਸਤ ਸੀ, ਚੰਗਾ ਭਲਾ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਨ ਘੜਤ ਬਣਾਈਆਂ ਜਾ ਰਹੀਆਂ। ਕੁਲਵੰਤ ਜੀ, ਅਗਲੀ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਕੰਗਨਾ ਰਨੌਤ ਕਹਿੰਦੀ ਹੈ ਜੇ ਮੈਨੂੰ ਸਿਕਿਉਰਿਟੀ ਮਿਲੇ ਮੈਂ ਇੰਡਸਟਰੀ ਦੇ ਬੜੇ ਰਾਜ਼ ਖੋਲਾਂਗੀ। ਉਸਨੇ ਕੰਗਨਾ ਰਨੌਤ ਨੇ ਪਹਿਲਾਂ ਵੀ ਕਈ ਰਾਜ਼ ਖੋਲੇ ਆ, ਇਹਦਾ ਥੋੜ੍ਹਾ ਖੁੱਲ੍ਹ ਕੇ ਦੱਸੋਗੇ ਕੀ ਹੋਰ ਕੀ ਉਹਨੇ ਆਪਣੇ ਬਿਆਨ 'ਚ ਕਿਹਾ? ਤੁਹਾਨੂੰ ਪਤਾ ਕੰਗਨਾ ਰਨੌਤ ਨੂੰ ਵੀ ਇਸੇ ਤਰ੍ਹਾਂ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ, ਜਿਵੇਂ ਇਹਦੇ ਨਾਲ ਵੀ ਸੁਸ਼ਾਂਤ ਰਾਜਪੂਤ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ। ਉਹਦੀਆਂ ਤਿੰਨ ਫਿਲਮਾਂ ਜਿਹੜੀਆਂ ਉਹ ਵਾਪਸ ਲੈ ਲਈਆਂ ਗਈਆਂ ਸੀ। ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਚਰਚਾ ਕੀਤੀ ਸੀ ਕਿ ਜਿਹੜਾ ਇਹ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਹੈ ਇਹਨਾਂ ਦੀ ਮੋਨੋਪੋਲੀ ਹੈ, ਅਤੇ ਉਹਨਾਂ ਨੇ ਇਹਦੀਆਂ ਫਿਲਮਾਂ ਵਾਪਸ ਲੈ ਲਈਆਂ ਸੀ। ਕੰਗਨਾ ਰਨੌਤ ਨੇ ਪਹਿਲੀ ਵਾਰ ਆ ਕੇ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਇਹਨਾਂ ਦੀ ਮੋਨੋਪੋਲੀ ਹੈ ਅਤੇ ਇਹ ਨਵੇਂ ਕਲਾਕਾਰਾਂ ਨੂੰ ਅਤੇ ਚੰਗੇ ਕਲਾਕਾਰਾਂ ਦੇ ਪੈਰ ਨਹੀਂ ਲੱਗਣ ਦਿੰਦੇ। ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਉਹਦੇ ਨਾਲ ਬੜੀ ਧੱਕੇਸ਼ਾਹੀ ਹੁੰਦੀ ਰਹੀ, ਉਹਨੂੰ ਡਰੱਗ ਅਡਿਕਟਡ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਹਦੇ 'ਚੋਂ ਬਾਹਰ ਆ ਗਈ। ਉਹਨੇ ਬੜੇ ਵੱਡੇ ਵੱਡੇ ਲੋਕਾਂ ਦੇ ਨਾਲ ਮੱਥਾ ਲਾਇਆ ਅਤੇ ਅਜੇ ਤੱਕ ਅੜੀ ਹੋਈ ਆ। ਉਹਨੇ ਹੁਣ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਮੈਨੂੰ ਸੁਰੱਖਿਆ ਦਿਓ, ਫਿਰ ਮੈਂ ਸਾਰੇ ਰਾਜ ਖੋਲਾਂਗੀ, ਦੱਸਾਂਗੀ ਕਿ ਕਿੱਥੇ ਕੀ ਹੋ ਰਿਹਾ। ਕੁਲਵੰਤ ਜੀ, ਆਪਾਂ ਬਾਲੀਵੁੱਡ ਦੀ ਗੱਲ ਕਰਦੇ ਹਾਂ, ਕਿਹਾ ਜਾਂਦਾ ਵੀ ਚਕਾ ਚੌਂਦ ਲਈ ਜ਼ਿੰਦਗੀ ਹੈ, ਪਰ ਜੇ ਦੇਖਿਆ ਜਾਵੇ ਸਾਰੇ ਘਟਨਾਕ੍ਰਮ ਨੂੰ, ਇਸ ਨੂੰ ਦੇਖਿਆ ਜਾਵੇ ਜਾਂ ਪਿਛਲੇ ਕਈ ਦਿਨਾਂ ਤੋਂ ਇਹੋ ਜਿਹੀ ਗੱਲਾਂ ਹੋਣ ਜਾ ਰਹੀਆਂ, ਪਰ ਕਿਤੇ ਨਾ ਕਿਤੇ ਬਾਲੀਵੁੱਡ ਇੰਡਸਟਰੀ 'ਚ ਬਹੁਤ ਨਿਗਾਰ ਨਹੀਂ ਆ ਗਿਆ? ਬਿਲਕੁਲ, ਇਹ ਨਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ, ਜਿੱਥੇ ਕਰਨ ਜੌਹਰ ਰਾਤ ਨੂੰ ਪਾਰਟੀ ਕਰ ਰਿਹਾ ਅਤੇ ਉੱਥੇ ਨਸ਼ਾ ਕੀਤਾ ਜਾ ਰਿਹਾ। ਉੱਥੇ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਆਵਾਜ਼ ਉਠਾਈ ਸੀ ਕਿ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ, ਬਾਲੀਵੁੱਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ, ਅਤੇ ਉਸ ਸਮੇਂ ਇਹ ਗੱਲ ਦੱਬ ਲਈ ਗਈ। ਉਹ ਚੀਜ਼ ਹੁਣ ਫਿਰ ਸਾਹਮਣੇ ਆਈ ਆ, ਹੁਣ ਵੱਡੇ ਵੱਡੇ ਚੈਨਲਾਂ ਦੇ ਉੱਤੇ ਇਹ ਚੀਜ਼ ਦਿਖਾਈ ਜਾ ਰਹੀ ਆ ਕਿ ਕਰਨ ਜੌਹਰ ਦੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਨਸ਼ਾ ਚੱਲ ਰਿਹਾ ਸੀ। ਇੱਥੇ ਨਸ਼ਾ ਜਿਹੜਾ ਆ ਨਵੇਂ ਕਲਾਕਾਰਾਂ ਨੂੰ ਲਾਇਆ ਜਾਂਦਾ ਅਤੇ ਉਹਨਾਂ ਨੂੰ ਅਡਿਕਟਡ ਬਣਾ ਕੇ ਇੱਥੇ ਬੜਾ ਵੱਡਾ ਇੱਕ ਨਸ਼ੇ ਦਾ ਕਾਰੋਬਾਰ ਚੱਲ ਰਿਹਾ, ਨਾਲੋ ਨਾਲ ਇਹਨਾਂ ਲੋਕਾਂ ਦੇ ਬਾਲੀਵੁੱਡ ਦੇ ਵਿੱਚ ਜਿਹੜੇ ਲੋਕ ਨੇ ਇਹਨਾਂ ਦੇ ਜਿਹੜੇ ਕ੍ਰਾਈਮ ਪੇਸ਼ਾ ਲੋਕ ਨੇ। ਪਿਛਲੇ ਸਮੇਂ ਦਾਊਦ ਦੇ ਨਾਲ ਵੱਡੀਆਂ ਵੱਡੀਆਂ ਹੀਰੋਇਨ ਦੀ ਨਾਲ ਸੰਬੰਧਾਂ ਦੀ ਚਰਚਾ ਚੱਲੀ ਸੀ, ਅਤੇ ਇਹ ਜਿਹੜੇ ਬਾਲੀਵੁੱਡ ਦੇ ਵਿੱਚ ਪੈਸਾ ਲਾਇਆ ਜਾ ਰਿਹਾ, ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਵੱਡੇ ਵੱਡੇ ਡਾਊਨ ਨੇ, ਜਿਹੜੇ ਜੁਰਮ ਦੀ ਦੁਨੀਆ ਦੇ ਵਿੱਚ ਲੋਕ ਬੜੇ ਹੋਏ ਨੇ, ਉਹ ਪੈਸਾ ਲਗਾ ਰਹੇ ਨੇ, ਡਰੱਗ ਸਪਲਾਇਰ ਆ ਜਿਹੜੇ, ਉਹ ਵੀ ਪੈਸਾ ਵੀ ਲਗਾ ਰਹੇ ਨੇ, ਕਿਉਂਕਿ ਜਿਹੜੇ ਵੱਡੇ ਕਲਾਕਾਰ ਨੇ ਜਾਂ ਵੱਡੇ ਪ੍ਰੋਡਿਊਸਰ ਨੇ ਉਹਨਾਂ ਰਾਹੀਂ ਫਿਰ ਇਹ ਨਸ਼ਾ ਜਿਹੜਾ ਆ ਇਹ ਬਾਲੀਵੁੱਡ ਦੇ ਵਿੱਚ ਵੇਚਿਆ ਵੀ ਜਾ ਰਿਹਾ, ਅਤੇ ਨਵੇਂ ਜਿਹੜੇ ਬੱਚੇ ਨੇ ਜਿਹੜੇ ਜਾ ਕੇ ਫਿਲਮਾਂ 'ਚ ਕੰਮ ਕਰਦੇ ਉਹਨਾਂ ਨੂੰ ਅਡਿਕਟਡ ਵੀ ਬਣਾਇਆ ਜਾ ਰਿਹਾ। ਤੁਸੀਂ ਕੁਲਵੰਤ ਜੀ, ਅੱਜ ਜਿਹੜੀ ਫਿਲਮ ਇੰਡਸਟਰੀ ਹੈ ਉਹਨੂੰ ਅੱਜ ਕਿੱਥੇ ਖੜ੍ਹਾ ਦੇਖ ਰਹੇ ਹੋ?
देखो मैं नौजवान जिहड़े लड़के बड़े पागल ने क्रेजी ने इस चीज़ के पिछे, कई लोग घरों भजन दे बॉम्बे काम लभण वास्ते, मैं उन्होंने यही कहना चाहवांगा कि इस टाइम बहुत प्रदूषित हो चुकी आ, जिन्ना चिर सरकार इहनूं साफ नहीं करदी बच के रहो। और दूजी चीज़ जिवे देखो धर्मिंदर का परिवार आ उह पार्टियां पुटियां च बहुत घट जांदा, अगर तुसी अपना नाम बनाउणा तां इहनां पार्टियां पुटियां तों बचो, क्योंकि पार्टियां दे विच ही ड्रग एडिक्टड बनाया जांदा, उन्हां दे ड्रिंक दे विच जां कोल्ड ड्रिंक दे विच दवाई पा दित्ती जांदी आ, उन्हां नूं हौले हौले फिर वह नशे का आदि बना दिता जांदा। ते जे तुसी काम करना आ तां इस चीज़ तों बच करो, पहली गल तां इस चकाचौंध दे विच पागल ना होवो, इत्थे बहुत गंद है और ये गंद सामने आ रहा, इस तों बचो, मैं तो यही कहूँगा। कुलवंत जी आपां होर यह भी देखते हैं भी जिहड़े सितारे जिस टाइम चमक रहे होंगे उस तो बाद जिहड़े जिन्हां फिल्मां नहीं आंदियां, जिवें अमीशा पटेल की गल लो, होर कई सितारे हैं जी, कि जे उन्हां दा प्रेजेंट हाल देखिए उस संबंधी तुसीं की कहना चाहते हो, क्योंकि हाल भी ता ही होंगे क्योंकि इन्हां नूं नशेदादी बना दिता जाता, जदों तो पैसा बहुत आता है, कई जड़े आर्टिस्ट जड़े आउट ऑफ इंडस्ट्री च हो जाते हैं, वो देखते हैं सुसाइड भी कर जाते हैं बाद, सुसाइड ता ही करते हैं जी। हुण जिहड़ी एक गोली एक टाइम खा 1000 रुपए की आउंदी है, फिर ये जिहड़े ने खर्चा खुल के करदे क्योंकि कमाई वड्डी आउण लग जांदी है। हुण अज रिया चक्रवर्ती ने कहा कि सुशांत थाईलैंड गया अपने 6 दोस्तों लैके, तो एक विशेष जहाज अपना लैके गया 70 लाख रुपया खर्च करके, तो जदों उन्होंने काम मिलना बंद हो जाता है फिर खर्चे तो उही रहिंदे ने, तो फिर उन्होंने वो नशे की लोड़ होंगी आ, इस करके कई बार उन्होंने सुसाइड भी करना पैंदा, तो कई बार डिप्रैशन के मरीज हो के वैसे ही वह बीमारियां नाल मर जाते हैं। कुलवंत जी बहुत बहुत थोड़ा धन्यवाद, अज के प्रोग्राम पकते मसले च इन्ना ही, कल फिर इसे वेले असीं हाजिर होवांगे, तद तक लई आग्या दिओ, धन्यवाद।